ਸੋ ਪੰਜਾਬ ਗਲੋਬਲ ਮੀਡੀਆ ਦੀ ਟੀਮ ਇੱਥੇ ਲੋਕਾਂ ਨੂੰ ਇਹੀ ਗੁਜ਼ਾਰਿਸ਼ ਕਰਦੀ ਆ ਕਿ ਜਿਹੜਾ ਮਾਸਕ ਪਾਣਾ ਇਹਨੂੰ ਮਜਬੂਰੀ ਨਹੀਂ ਇਹਨੂੰ ਜ਼ਰੂਰੀ ਸਮਝਿਆ ਜਾਵੇ ਜਿਸ ਦੇ ਨਾਲ ਆਪਣਾ ਪਰਿਵਾਰ ਹੀ ਨਹੀਂ ਆਪਣੇ ਪਰਿਵਾਰ ਦੇ ਨਾਲ ਆਪਣੇ ਰਿਸ਼ਤੇਦਾਰ ਆਪਣੇ ਘਰ ਦੇ ਆਪਣੇ ਮੁਹੱਲਾ ਆਪਣਾ ਸ਼ਹਿਰ ਜਿਹੜਾ ਵਾ ਉਹਨੂੰ ਇੱਕ ਸੇਫ ਰ ਨਹੀਂ ਪੂਰਾ ਪਰਿਵਾਰ ਨਹੀਂ ਪੂਰਾ ਪ੍ਰਦੇਸ਼ ਪੂਰਾ ਸ਼ਹਿਰ ਆਪਣਾ ਸੁਰੱਖਿਅਤ ਰੱਖਿਆ ਜਾ ਸਕੇ। ਅਸੀਂ ਕਪੂਰਥਲੇ ਦੇ ਮਾਲਟੋਨ ਇਲਾਕੇ 'ਚ ਪਹੁੰਚ ਚੁੱਕੇ ਜਿੱਥੇ ਅਸੀਂ ਦੇਖਿਆ ਜਾਵੇ ਭਾਈ ਲਾਲੋ ਪਾਰਕ ਹੈ ਜਿਹੜਾ ਕਿ ਇੱਥੇ ਲੋਕ ਸੈਰ ਕਰਦੇ ਹੁੰਦੇ ਸੀਗੇ ਪਰ ਕਿੱਥੇ ਨਾ ਕਿੱਥੇ ਜਿਹੜੀ ਕਹਿ ਦਿਓ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ 8 ਵਜੇ ਤੋਂ ਲੈ ਕੇ 5 ਵਜੇ ਤੱਕ ਲੋਕਡਾਊਨ ਲਾਇਆ ਗਿਆ ਉਹਦੇ ਕਾਰਨ ਹੀ ਹੁਣ ਲੋਕਾਂ ਨੇ ਵੀ ਜਿਹੜਾ ਇੱਥੇ ਪਾਰਕ 'ਚ ਆਉਣਾ ਬੰਦ ਕਰ ਦਿੱਤਾ ਵਾ। ਉੱਥੇ ਦੇਖਿਆ ਜਾਵੇ ਲੋਕ ਵੀ ਪੂਰੀ ਮਤਲਬ ਜਿਹਨੂੰ ਕਹਿ ਦਿਓ ਕਿ ਕਰੋਨਾ ਮਹਾਂਮਾਰੀ ਦੀ ਜਿਹੜੀ ਪਾਬੰਦੀਆਂ ਸਰਕਾਰ ਵੱਲੋਂ ਨਿਯਮ ਲਾਗੂ ਕੀਤੇ ਗਏ ਉਹਦੀ ਪੂਰੀ ਪਾਲਣਾ ਕਰ ਰਹੇ ਆ। ਅਤੇ ਇੱਥੇ ਦੇਖਿਆ ਜਾਵੇ ਪਾਰਕ ਨੂੰ ਤੁਸੀਂ ਦਿਖਾਓ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਦਿਖਾਇਆ ਜਾਵੇ ਕਿ ਕੋਈ ਲੋਕ ਸੈਰ ਨਹੀਂ ਕਰ ਰਹੇ ਆ ਲੋਕ ਵੀ ਪੂਰੇ ਜਿੱਥੇ ਲੋਕ ਜਿੱਥੇ ਕਹਿ ਰਹੇ ਕਿ ਸਰਕਾਰ ਜਿਹੜੀ ਕਰੋਨਾ ਮਹਾਂਮਾਰੀ ਨੂੰ ਪੂਰੀ ਤਰ੍ਹਾਂ ਮਤਲਬ ਇੱਕ ਸੰਜੀਦਗੀ ਨਾਲ ਲੈ ਰਹੀ ਉੱਥੇ ਲੋਕ ਵੀ ਆ ਜਿਹੜੇ ਉਹ ਪੂਰੀ ਸੰਜੀਦਗੀ ਨਾਲ ਲੈ ਰਹੇ ਆ। ਉੱਥੇ ਜਦੋਂ ਗੱਲ ਕੀਤੀ ਜਾਵੇ ਮੈਂ ਆਪਣੇ ਕੈਮਰਾਮੈਨ ਦਿਖਾਊਂਗਾ ਪਾਰਕ ਦੇ ਨਾਲ ਜਿਹੜੀ ਲੱਗਦੀ ਗਲੀਆਂ ਵਾ ਉੱਥੇ ਲੋਕ ਵੀ ਆਪਣੇ ਘਰਾਂ ਵਿੱਚ ਕਿ ਇਸ ਵੇਲੇ ਇਸ ਟਾਈਮ ਦੇ ਵਿੱਚ ਲੋਕਾਂ ਵੱਲੋਂ ਪੂਰੀ ਚਹਿਲ ਪਹਿਲ ਰਹਿੰਦੀ ਸੀਗੀ ਹੁਣ ਇਸ ਵੇਲੇ ਦੇਖਿਆ ਜਾਵੇ ਕਿ ਕੋਈ ਲੋਕ ਬਾਹਰ ਨਹੀਂ ਘੁੰਮ ਰਹੇ ਆ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਆ ਸਰਕਾਰ ਦੇ ਪੂਰੇ ਦਿੱਤੇ ਗਏ ਜਿਹੜੇ ਨਿਯਮ ਆ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਆ। ਤਾਂ ਗਲੋਬਲ ਰਾਹੀਂ ਇੱਕ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਕਿ ਉਹ ਸਰਕਾਰ ਦੇ ਨਿਯਮਾਂ ਨੂੰ ਮੰਨਣ ਅਤੇ ਆਪਣੇ ਘਰਾਂ ਵਿੱਚ ਰਹਿਣ ਜਿਹਦੇ ਨਾਲ ਕਿ ਅਸੀਂ ਕਰੋਨਾ ਜਿਹੜੀ ਮਹਾਂਮਾਰੀ ਆ ਉਹਨੂੰ ਥੱਲ ਪਾਉਣ ਦੀ ਕੋਸ਼ਿਸ਼ ਦੇ ਵਿੱਚ ਸਰਕਾਰ ਦਾ ਪੂਰੀ ਤਰ੍ਹਾਂ ਹੱਥ ਵਟਾ ਚੁੱਕੇ।